ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ। ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ, ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਜਾਰੀ। 24 ਘੰਟਿਆਂ ਦੇ ਵਿੱਚ 2800 ਤੋਂ ਵੱਧ ਨਵੇਂ ਕੇਸ ਤੇ 46 ਹੋਰ ਲੋਕਾਂ ਦੀ ਹੋਈ ਮੌਤ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਦੇ 2820 ਨਵੇਂ ਕੇਸ ਸਾਹਮਣੇ ਆਏ ਨੇ, ਜਿਸ ਦੇ ਨਾਲ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 23,271 ਹੋ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ 46 ਹੋਰ ਲੋਕਾਂ ਦੀ ਜਾਨ ਵੀ ਗਈ ਹੈ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਪੰਜਾਬ ਦੇ ਵਿੱਚ 6,621 ਤੱਕ ਪੁੱਜ ਗਈ ਹੈ ਅਤੇ ਪੰਜਾਬ ਵਿੱਚ ਹੁਣ ਤੱਕ 2,28,864 ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੇ ਨੇ ਅਤੇ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਮੌਤਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਈਆਂ ਨੇ। ਅਗਲੀ ਖਬਰ ਹੈ, ਜ਼ਿਲ੍ਹਾ ਸੰਗਰੂਰ ਦੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ਼ ਹੱਲਾ ਬੋਲ, 1 ਅਪ੍ਰੈਲ ਤੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਦੇ ਸੰਬੰਧਿਤ ਵੱਖ ਵੱਖ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਕੂਲ ਪ੍ਰਬੰਧਕ, ਅਧਿਆਪਕ, ਵਿਦਿਆਰਥੀ, ਸਕੂਲ ਵੈਨ ਡਰਾਈਵਰ ਅਤੇ ਮਾਲਕਾਂ ਦੇ ਵੱਲੋਂ ਸਕੂਲ ਬੰਦ ਕਰਨ ਦੇ ਫੈਸਲੇ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸ਼ਹਿਰ ਦੇ ਵਿੱਚ ਰੋਜ਼ ਮਾਰਚ ਕੱਢੇ ਗਏ। ਇਸ ਦੇ ਦੌਰਾਨ ਸਕੂਲ ਪ੍ਰਬੰਧਕ ਆਈਸੋਲੇਸ਼ਨ ਜ਼ਿਲ੍ਹਾ ਸੰਗਰੂਰ ਦੇ ਕਮਲਜੀਤ ਸਿੰਘ ਢੀਂਡਸਾ ਅਤੇ ਤਰਸੇਮ ਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ 19 ਮਾਰਚ ਤੋਂ ਸਕੂਲ ਬੰਦ ਕਰਨ ਦੇ ਹੁਕਮ ਸੁਣਾ ਕੇ ਜਿੱਥੇ ਸਕੂਲ ਪ੍ਰਬੰਧਕਾਂ ਦੇ ਵਿੱਚ ਬੇਚੈਨੀ ਫੈਲਾ ਦਿੱਤੀ ਹੈ ਅਤੇ ਉੱਥੇ ਹੀ ਮਾਪਿਆਂ ਅਤੇ ਵਿਦਿਆਰਥੀਆਂ ਦੇ ਲਈ ਵੀ ਇਹ ਇੱਕ ਚਿੰਤਾ ਦਾ ਸਬੱਬ ਬਣ ਗਿਆ। ਅਗਲੀ ਖਬਰ ਹੈ, ਸੂਬਾ ਸਰਕਾਰ ਦੇ ਵੱਲੋਂ 28 ਮਾਰਚ ਤੋਂ ਕਰਫਿਊ ਦਾ ਐਲਾਨ, ਇਹਨਾਂ ਚੀਜ਼ਾਂ 'ਤੇ ਰਹੇਗੀ ਸਖ਼ਤ ਪਾਬੰਦੀ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਸੂਬਿਆਂ ਦੇ ਵਿੱਚ ਸਖ਼ਤੀ ਮੁੜ ਤੋਂ ਲਾਗੂ ਕਰਨੀ ਪੈ ਰਹੀ ਹੈ, ਜਿਸ ਦੇ ਮੱਦੇਨਜ਼ਰ ਕਰਫਿਊ ਫਿਰ ਤੋਂ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸੂਬੇ ਦੇ ਵਿੱਚ 28 ਮਾਰਚ ਤੋਂ ਨਾਈਟ ਕਰਫਿਊ ਲਾਉਣ ਦਾ ਫੈਸਲਾ ਵੀ ਕੀਤਾ। ਅਗਲੀ ਖਬਰ ਹੈ, ਹੋਲਾ ਮਹੱਲਾ ਅਤੇ ਵਿਸਾਲ ਕਿਸਾਨ ਕਾਨਫਰੰਸ ਦੀ ਤਿਆਰੀ, ਰਕੇਸ਼ ਟਕੈਤ ਸਣੇ ਕਈ ਵੱਡੇ ਲੀਡਰ ਹੋਣਗੇ ਸ਼ਾਮਲ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ 28 ਮਾਰਚ ਨੂੰ ਕਿਸਾਨ ਮੋਰਚਾ ਦਿੱਲੀ ਦੀ ਰਹਿਨੁਮਾਈ ਹੇਠ ਕੀਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਹੋਲਾ ਮਹੱਲਾ ਦੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਲ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਦਿੱਲੀ ਕਿਸਾਨ ਮੋਰਚੇ ਦੇ ਵੱਡੇ ਲੀਡਰ ਸ਼ਾਮਲ ਹੋਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਨੇਤਾਵਾਂ ਦੇ ਵੱਲੋਂ ਕਾਨਫਰੰਸ ਵਾਲੀ ਜਗ੍ਹਾ ਅਤੇ ਤਿਆਰੀਆਂ ਨੂੰ ਅੰਤਮ ਸੋਹਾਂ ਦੇਣ 'ਤੇ ਮੌਕਾ ਕੀਤਾ ਗਿਆ। ਅਗਲੀ ਖਬਰ ਹੈ, ਕੈਪਟਨ ਨੇ BJP ਵਿਧਾਇਕ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ। ਤਾਂ ਦੋਸਤੋ, ਅੰਬੋਹਰ ਤੋਂ ਭਾਜਪਾ ਵਿਧਾਇਕ ਆਰੂ ਨਾਰੰਗ 'ਤੇ ਹੋਏ ਹਮਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ। ਮਲੋਟ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਇਹ ਘਟਨਾ ਵਾਪਰੀ। ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਾਨੂੰਨਾਂ ਨੂੰ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਗਲੀ ਖਬਰ ਹੈ, ਭਾਰਤ ਦੇ ਵਿੱਚ ਭਾਰਤ ਬੰਦ ਦਾ ਅਸਰ, PRTC ਨੂੰ ਪਿਆ 85 ਲੱਖ ਦਾ ਘਾਟਾ। ਤਾਂ ਦੋਸਤੋ, ਖੇਤੀ ਕਾਨੂੰਨਾਂ ਦੇ ਖਿਲਾਫ ਡਟੇ ਕਿਸਾਨਾਂ ਨੇ 26 ਮਾਰਚ ਨੂੰ 12 ਘੰਟੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਦੇ ਦੌਰਾਨ ਪੰਜਾਬ ਦੇ ਵਿੱਚ ਆਵਾਜਾਈ ਆਮ ਤੌਰ 'ਤੇ ਠੱਪ ਰਹੀ। ਇੱਥੋਂ ਤੱਕ ਕਿ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਬੱਸ ਸੇਵਾ ਵੀ ਮੁਕੰਮਲ ਤੌਰ 'ਤੇ ਬੰਦ ਰਹੀ। ਇਸ ਦੇ ਦੌਰਾਨ PRTC ਦੀਆਂ 1100 ਤੋਂ ਵੱਧ ਬੱਸਾਂ ਅੱਡਿਆਂ ਦੇ ਵਿੱਚ ਹੀ ਖੜੀਆਂ ਰਹੀਆਂ। ਇਸ ਤਰ੍ਹਾਂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ PRTC ਨੂੰ ਭਾਰਤ ਬੰਦ ਦੇ ਦੌਰਾਨ ਕਰੀਬ 85 ਲੱਖ ਰੁਪਏ ਦਾ ਘਾਟਾ ਪਿਆ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ ਜੱਜ ਦਾ ਵੱਡਾ ਫੇਰਬਦਲ, ਇਕੱਠੇ 97 ਜੱਜਾਂ ਦੀਆਂ ਹੋਈਆਂ ਬਦਲੀਆਂ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਨਿਆਂਇਕ ਸੇਵਾਵਾਂ ਦੇ ਖੇਤਰ ਵਿੱਚ ਇੱਕ ਵੱਡਾ ਫੇਰਬਦਲ ਹੋਇਆ, ਜਿੱਥੇ 4 ਨਵੇਂ ਸੈਸ਼ਨ ਜੱਜਾਂ ਸਮੇਤ 11 ਸੈਸ਼ਨ ਜੱਜਾਂ ਦਾ ਤਬਾਦਲਾ ਕੀਤਾ ਗਿਆ। ਇਸ ਦੇ ਨਾਲ ਹੀ 20 ਵਾਧੂ ਜੱਜਾਂ ਨੂੰ ਤਰੱਕੀ ਵੀ ਦਿੱਤੀ ਗਈ ਹੈ। ਦੱਸ ਦਈਏ ਕਿ ਰਾਜ ਦੇ ਵਿੱਚ ਕੁੱਲ 97 ਜੱਜਾਂ ਦਾ ਤਬਾਦਲਾ ਕੀਤਾ ਗਿਆ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ ਕਿਸਾਨਾਂ ਦੇ ਸੱਦੇ, ਭਾਰਤ ਬੰਦ ਨੂੰ ਮਿਲਿਆ ਭਰਮਾ ਹੁੰਗਾਰਾ ਪਰ ਉਦਯੋਗ ਇੰਡਸਟਰੀ ਨੂੰ ਪਿਆ ਕਰੋੜਾਂ ਦਾ ਘਾਟਾ। ਤਾਂ ਦੋਸਤੋ, ਕਿਸਾਨ ਭਾਰਤ ਬੰਦ ਨੇ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਦੋਵਾਂ ਹਿੱਸਿਆਂ ਦੇ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।
किसानों ने सूबे दे विच 365 थावां ते विरोध प्रदर्शन किए, जिन्हां दे विचों 321 सड़कां प्रदर्शन वजों वरतियां गईयां, जिन्हां दे विच राष्ट्रीय राजमार्ग ते लिंक सड़कां शामिल सी। चैंबर ऑफ इंडस्ट्रियल एंड कमर्शियल अंडरटेकिंग्स की रिपोर्ट के मुताबिक पंजाब विच किसानां दे भारत बंद के सद्दे करके 500 करोड़ रुपए का घाटा पिया। इस दे नाल ही सूबे दे विच बंद दौरान कोई हिंसक घटना की खबर सामने देखने नहीं मिली। अगली खबर है दिल्ली सरकार दे वल्लों विद्यार्थियों नूं फैलोशिप देन दा फैसला, मिलेगा 10 लाख रुपए तक का एजुकेशन लोन। तो दोस्तों तुहानूं दस दईए कि सिक्ख्या दे खेत्र दे विच दिल्ली सरकार बेहतर काम कर रही है। सूबा सरकार चाहती है कि विद्यार्थी सामने आने वाली हर परेशानी नूं जल्द दूर किया जाए। इस दे लई सूबा सरकार ने विद्यार्थियों 10 लाख रुपए की एजुकेशन लोन मुहैया करवा रही है। इन्ना ही नहीं उच्च सिक्ख्या दे लई सरकार दे बेहतर काम भी किए जा रहे हैं। अगली खबर है प्राइवेट स्कूलों की सामत, महंगीआं किताबां ते वर्दियां खरीदण दे लई मजबूर करन वालिआं दी होवेगी मान्यता रद्द। तो दोस्तों तुहानूं दस दईए कि प्राइवेट प्रकाशकों की किताबां खरीदण वाले प्राइवेट स्कूलों के खिलाफ पंजाब सरकार ने सख्त फैसला लिया। हुण निजी स्कूल प्रमाणित संस्थावां दे वल्लों प्रकाशित किताबां ही बच्चों नूं पढ़ा सकणगे। इस फैसले की पालना ना करन वाले की मान्यता रद्द कर दिती जाएगी। अगली खबर है जेकर किसान यूनियनां चाहुण तां जमूद टुट सकदा तोमर। तो दोस्तों खेती केंद्रीय खेतीबाड़ी मंत्री नरेंद्र तोमर ने कहा कि किसानों के वलों किए जा रहे संघर्ष संबंधी बनिया जमूद उस दिन टुटेगा जिस दिन किसान यूनियनां इस मसले का हल कढ़न ते फैसला करनगियां। उन्होंने यह भी कहा कि सरकार भी कोई राह कढ़ेगी, केंद्र सरकार गलबात दे लई तैयार है अते मसले का हल भी करना चाहती है। खेती मंत्री आसाम चोणां दे लई भाजपा दे पक्ष विच प्रचार करन मगरों इत्थे पुजे सी ते उन्होंने कहा कि दिल्ली दे बार्डरां दे पिछले 4 महीने तो पंजाब हरियाणा ते यूपी दे किसान आए किसान खेती कानून वापस लैण दी मंग दे मुजाहरे भी कर रहे ने। अगली खबर है भारत दे विच एक दिन च करोना दे 62,258 नवें मामले। तो दोस्तों तुहानूं दस दईए कि भारत विच एक दिन दे विच कोविड-19 दे 62,258 केस रिकॉर्ड किए गए ने, जो कि हुण तक इस साल के एक दिन विच सब तो वध मामले दसे जा रहे हैं। केंद्रीय सेहत मंत्रालय के मुताबिक मुल्क दे विच कोविड-19 केसां की गिनती वध के 1,19,08,910 हो गई है। अगली खबर है भारत ते बंगलादेश के दरमियान यात्री रेल गड्डी का उद्घाटन। तो दोस्तों प्रधानमंत्री नरेंद्र मोदी और उन्हां दी हमरुतबा शेख हसीना ने बंगलादेश के ढाका पछमी बंगाल के न्यू जलपाईगुड़ी नाल जोड़न वाली नवी यात्री रेल गड्डी का उद्घाटन किया। अगली खबर है सब कुछ किसान नेतावां दी इच्छा ते निर्भर, ओह जदों चाहणगे तां मसला हल हो जाएगा तोमर। तो दोस्तों केंद्रीय खेतीबाड़ी मंत्री नरेंद्र तोमर ने कहा कि किसानां ते सरकार विचाले गलबात दी बिचली खड़ौत उदों खत्म हो जाएगी जदों किसान यूनियनां दे आगू इस मुद्दे नूं सुलझाउण दा फैसला करनगे। अगली खबर है कणक की खरीद 1 अप्रैल तो शुरू की जाए अकाली दल। तो दोस्तों श्रोमणी अकाली दल कांग्रेस सरकार की इस गल की निखेधी की कि कणक की खरीद 10 दिन की देरी 10 अप्रैल तो शुरू क्यों की जा रही है। तो नाल ही उन्होंने मंग की है कि कणक की खरीद 1 अप्रैल तो शुरू की जाए। पार्टी ने कांग्रेस सरकार वालों केंद्र सरकार नाल फिक्स मैच खेडण ते फूड कारपोरेशन ऑफ इंडिया वालों कणक की खरीद दी लई शर्तां जाण बुझ के सख्त करन विरुद्ध समय सिर विरोध दर्ज ना करवाउण दी भी निखेधी की है। अगली खबर है कोविड-19 की दूजी लहर कारण उड़ाना रोकण दा कोई इरादा नहीं है हरदीप सिंह पुरी। तो दोस्तों शहरी हवाबाजी मंत्री हरदीप सिंह पुरी ने कहा कि करोना वायरस कारण उडान सेवावां रोकण दा सरकार दा कोई इरादा नहीं है। तो पुरी ने कहा कि कोविड-19 की दूजी लहर दे विचकार सरकार दी उडान सेवावां रोकण दे लई कोई सोच नहीं है। हालांकि 1 अप्रैल तो सारियां सेवावां मुड़ चालू करन दी योजना वल वध रहे मामलों के मुलतवी भी किया गया। अगली खबर है हुण आर्मी वांगू किसानां दी भी होवेगी कंटीन, मिलेगा सस्ता समान। तो दोस्तों तुहानूं दस दईए कि MP दे विच आर्मी कंटीन की तर्ज ते किसानां दीआं कंटीनां खोलियां जाणगीआं। खेतीबाड़ी विभाग ने इन्हां कंटीनां संबंधी तैयारियां मुकम्मल कर लईआं ने।
आर्मी कंटीन की तर्ज ते किसानां नूं इन्हां कंटीनां दे विच सस्ते भा ते एक्सपोर्ट गुणवत्ता दा समान भी मिलेगा। इन्हां चीज़ां ते कोई टैक्स नहीं लाया जाएगा ते इह सारा समान किसानां लई पूरी तरह टैक्स मुक्त होवेगा। इह कंटीन राज दीआं 269 मंडियां दे विच खोलियां जाणगियां। अगली खबर है, सिक्ख्या विभाग दे वल्लों 11 निजी स्कूलां नूं नोटिस जारी, जवाब ना दिता तां हो सकती है मान्यता रद्द। तो दोस्तों स्कूलों के नवा सैशन शुरू होने तो पहला कई निजी स्कूलों मनमर्जियां ते सकंजा कसना भी शुरू कर दिता है। इस संबंधी DEO हरजीत सिंह जिले के 11 निजी स्कूलों शिकायत कमेटी के सामने 30 मार्च तक पेश होने पर अपना पक्ष रखने के लिए भी नोटिस जारी किया। तो दोस्तों ये अज्ज सवेर दीआं ताज़ा ते मुख्य वड्डियां खबरां। तुसी वीडियो नूं अपने दोस्तां मित्रां नाल अगे शेयर जरूर कर दिया करो ते साडे नाल जुड़े रहने लई तुसी चैनल नूं सबसक्राइब कर लो ते नाल बने बैल नूं भी दबा दिओ, जिस नाल तुहानूं इसे तरह दीआं आउण वालीआं नवीआं ते ताज़ा खबरां दा सब तो पहलां पता लगदा रहूगा। तो इस वीडियो दे विच इन्ना ही, मिलदे आं किसे नैक्सट वीडियो दे विच, तद तक लई धन्नवाद। प्यार करना या छुड़वाना, वशीकरण लव मैरिज, प्रेमी नूं मनाउणा, घर वाले मनाउणा, पति पत्नी विच झगड़ा, आपसी अणबण, सस नूं दा झगड़ा, किसी दा बेटा किसी दूसरे दे कहने च है या किसी दी बेटी किसी दूसरे दे कहने च है, प्रेमी प्रेमिका च अणबण, विदेश यात्रा, लॉटरी स्पेशलिस्ट, किसी भी समस्या दे लई फोन करो, हर समस्या दा समाधान सिर्फ 3 घंटे विच। विश्व प्रसिद्ध बाबा हरदीप जी गोल्ड मेडलिस्ट नूं फोन करो जिन्हां दा नंबर है 09592471407। ते देर किस गल दी, हुणे बाबा हरदीप जी नूं कॉल लगाओ, समाधान पाओ जिन्हां दा नंबर है 09592471407।